ਸੂਬੇ ਅੰਦਰ 6,000 ਕਰੋੜ ਰੁਪਏ ਦੀ ਇੰਟਰਨੈਸ਼ਨਲ ਡਰੱਗ ਮਾਮਲੇ ਦੇ ਜੁੜੇ ਕੇਸ ਦੀ ਵਿੱਚ ਅੱਜ ਫਾਈਨਲ ਸੁਣਵਾਈ ਕਰਦਿਆਂ ਈਡੀ ਦੀ ਅਦਾਲਤ ਨੇ ਜਗਦੀਸ਼ ਸਿੰਘ ਭੋਲਾ ਸਮੇਤ 17 ਲੋਕਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਪੂਰਾ ਮਾਮਲਾ ਕੀ ਆ, ਉਹ ਹੈ ਕਿ ਕਾਫੀ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਸੀ, ਜਿਹਦੇ ਚੱਲਦੇ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਇੰਟਰਨੈਸ਼ਨਲ ਡਰੱਗ ਤਸਕਰੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਅੱਜ ਈਡੀ ਦੇ ਫੈਸਲਾ ਸੁਣਾਇਆ। ਜਗਦੀਸ਼ ਭੋਲਾ ਜੋ ਇੱਕ ਅੰਤਰਰਾਸ਼ਟਰੀ ਖਿਡਾਰੀ ਸੀ, ਪੰਜਾਬ ਪੁਲਿਸ ਦੇ ਵਿੱਚ DSP ਆ, ਉਸ ਤੋਂ ਬਾਅਦ ਡਰੱਗ ਤਸਕਰੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਕਾਫੀ ਲੰਮੇ ਸਮੇਂ ਤੋਂ ਕੇਸ ਚੱਲਦਾ ਆ ਰਿਹਾ ਸੀ, ਜਿਸ ਦੀ ਅੱਜ ਫਾਈਨਲ ਸੁਣਵਾਈ ਹੋਈ। 6,000 ਕਰੋੜ ਰੁਪਏ ਦੀ ਇੰਟਰਨੈਸ਼ਨਲ ਡਰੱਗ ਤਸਕਰੀ ਦੇ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਤੋਂ ਡਿਸਮਿਸ ਕੀਤੇ ਜਾ ਚੁੱਕੇ DSP ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾ ਦਿੱਤੀ ਹੈ। ਇਸ ਵਿੱਚ ਜਗਦੀਸ਼ ਭੋਲਾ ਦੀ ਪਤਨੀ, ਉਹਦਾ ਸਹੁਰਾ ਵੀ ਸ਼ਾਮਲ ਹੈ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਅਦਾਲਤ 'ਚ ਮੌਜੂਦ ਸਨ। ਉਹਨਾਂ ਕਿਹਾ ਕਿ 4 ਸ਼ੀਟਾਂ ਵਿੱਚ ਫੈਸਲਾ ਆਇਆ, ਜਦਕਿ ਹਾਲੇ 3-4 ਸ਼ੀਟ ਬਾਕੀ ਆ। ਇਸ ਦੌਰਾਨ ਜਗਦੀਸ਼ ਭੋਲਾ, ਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਸੁਖਜੀਤ ਸਿੰਘ ਸੁੱਖਾ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਮਰਜੀਤ ਸਿੰਘ ਅਤੇ ਜਗਦੀਸ਼ ਭੋਲਾ ਦੇ ਸਹੁਰਾ ਦਲੀਪ ਮਾਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਵਿੱਚ ਕੁੱਲ 13 ਦੋਸ਼ੀ ਬਣਾਏ ਗਏ ਸੀ, ਇਹਨਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਆ। ਜਗਦੀਸ਼ ਭੋਲਾ ਦੇ ਪਿਤਾ ਬਲਵਿੰਦਰ ਸਿੰਘ ਵੀ ਕੇਸ ਵਿੱਚ ਦੋਸ਼ੀ ਸਨ, ਹਾਲਾਂਕਿ ਉਹਨਾਂ ਦੀ ਪਿਛਲੇ ਦਿਨ ਹੀ ਮੌਤ ਹੋਈ ਆ, ਜਦੋਂ ਵਿਸ਼ੇਸ਼ ਤੌਰ 'ਤੇ ਅਦਾਲਤ ਦੀ ਪਰਮਿਸ਼ਨ ਲੈ ਕੇ ਜਗਦੀਸ਼ ਭੋਲਾ ਹੋਣੀ ਉਹਨਾਂ ਦਾ ਸੰਸਕਾਰ ਕਰਨ ਗਏ ਸੀ, ਜਦਕਿ 2 ਜਾਣੇ ਇਸ ਕੇਸ ਦੇ ਵਿੱਚ ਭਗੌੜੇ ਕਰਾਰ ਦਿੱਤੇ ਗਏ ਨੇ। ਇਸ ਮਾਮਲੇ ਦੇ ਵਿੱਚ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੀ ਅਦਾਲਤ ਵਿੱਚ ਪਹੁੰਚੇ ਸਨ। ਉਹਨਾਂ ਦੀ ਅਗਵਾਈ ਵਿੱਚ ਇਸ ਮਾਮਲੇ ਦੀ ਜਾਂਚ ਹੋਈ ਸੀ। ਉਹਨਾਂ ਦੱਸਿਆ ਕਿ ਅੱਜ 4 ਚਾਰਜਸ਼ੀਟ ਵਿੱਚ ਫੈਸਲਾ ਹੈ, ਜਦਕਿ ਜਾਂਚ ਦੇ ਬਾਅਦ ਦੋਸ਼ੀਆਂ ਵੱਲੋਂ ਨਸ਼ੇ ਦੀ ਆਮਦਨ ਤੋਂ ਬਣਾਈ ਪ੍ਰੋਪਰਟੀ ਵੀ ਅਟੈਚ ਕੀਤੀ ਗਈ ਆ। ਪ੍ਰੋਪਰਟੀ ਦੀ ਮਾਰਕੀਟ ਵੈਲਿਊ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵੱਖ ਵੱਖ ਜਗ੍ਹਾ 'ਤੇ ਦੋਸ਼ੀਆਂ ਵੱਲੋਂ ਬਣਾਈ ਗਈ ਸਾਰੀ ਪ੍ਰੋਪਰਟੀ ਵੀ ED ਨੇ ਅਟੈਚ ਕਰ ਦਿੱਤੀ ਆ। ਉਹਨਾਂ ਦੱਸਿਆ ਕਿ ਕੋਵਿਡ ਸਮੇਂ 1.5 ਸਾਲ ਵਿੱਚ ਕੋਈ ਕਾਰਵਾਈ ਨਹੀਂ ਹੋਈ ਸੀ। ਇਹ ਮਾਮਲਾ ਸਾਲ 2013 ਵਿੱਚ ਸਾਹਮਣੇ ਆਇਆ ਸੀ, ਜਦੋਂ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਰਜੁਨਾ ਅਵਾਰਡੀ ਪਹਿਲਵਾਨ ਰੁਸਤਮੇ ਹਿੰਦ ਅਤੇ ਪੰਜਾਬ ਪੁਲਿਸ ਦੇ ਡਿਸਮਿਸ ਕੀਤੇ ਜਾ ਚੁੱਕੇ DSP ਜਗਜੀਤ ਸਿੰਘ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਪਤਾ ਚੱਲਿਆ ਸੀ ਕਿ ਰੈਕਡ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਫੈਲਿਆ। ਇਸ ਕੇਸ ਵਿੱਚ ਸਾਹਮਣੇ ਆਉਣ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਬਰਦਸਤ ਭੁਚਾਲ ਆ ਗਿਆ ਸੀ। ਜਿੱਥੇ ਪੰਜਾਬ ਦੀ ਰਾਜਨੀਤੀ 'ਚ ਭੁਚਾਲ ਆਇਆ ਸੀ, ਉੱਥੇ ਸੂਬੇ ਦੇ ਖੇਡ ਜਗਤ ਦੇ ਵਿੱਚ ਵੀ ਹੜਕੰਪ ਮੱਚ ਗਿਆ ਸੀ। ਔਰ ਦੂਜੇ ਪਾਸੇ ਸੂਬੇ ਦੇ ਕਈ ਲੀਡਰਾਂ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸੀ। ਜਾਂਚ ਵਿੱਚ ਇਹ ਪਤਾ ਚੱਲਿਆ ਸੀ ਕਿ ਡਰੱਗ ਰੈਕਡ ਦਾ ਕਾਰੋਬਾਰ ਕਰੀਬ 6,000 ਕਰੋੜ ਰੁਪਏ ਦਾ ਅਤੇ ਸਾਲ 2019 ਵਿੱਚ ਇਸ ਮਾਮਲੇ ਵਿੱਚ CBI ਦੀ ਅਦਾਲਤ ਨੇ 25 ਲੋਕਾਂ ਨੂੰ NDPS ਐਕਟ ਦੇ ਤਹਿਤ ਸਜ਼ਾ ਸੁਣਾਈ ਸੀ। ED ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਸੀ ਕਿ ਇਸ ਕੇਸ ਵਿੱਚ ਸ਼ਾਮਲ ਦੋਸ਼ੀਆਂ ਨੇ ਕਰੋੜਾਂ ਰੁਪਏ ਦੀ ਪ੍ਰੋਪਰਟੀ ਬਣਾਈ ਹੈ,
ਜਦਕਿ ਇਹਨਾਂ ਲੋਕਾਂ ਨੇ ਇਨਕਮ ਟੈਕਸ ਤੱਕ ਵੀ ਨਹੀਂ ਸੀ ਭਰਿਆ। ਦੂਜੇ ਪਾਸੇ ਆਮਦਨ ਤੋਂ ਵੱਧ ਇਹਨਾਂ ਕੋਲ ਮਾਇਆ ਸੀ। ਇਸ ਵਿੱਚ ਸਾਫ਼ ਹੋ ਗਿਆ ਸੀ ਕਿ ਉਕਤ ਲੋਕ ਕਿਸੇ ਹੋਰ ਕਾਰੋਬਾਰ ਵਿੱਚ ਸ਼ਾਮਲ ਸਨ। ਇਸ ਤੋਂ ਬਾਅਦ ਈਡੀ ਨੇ ਦੋਸ਼ੀਆਂ ਦੀ ਪ੍ਰੋਪਰਟੀ ਵੀ ਅਟੈਚ ਕਰ ਦਿੱਤੀ। ਇਸ ਮਸਲੇ ਵਿੱਚ ਮੋਹਾਲੀ ਵਿੱਚ ਕਈ ਜਗ੍ਹਾ ਆਲੀਸ਼ਾਨ ਕੋਟੀਆਂ, ਇੰਡਸਟਰੀਅਲ ਪਲਾਟ ਅਤੇ ਹੋਰ ਵੀ ਪ੍ਰੋਪਰਟੀ ਸ਼ਾਮਲ ਸੀ। ਜਗਦੀਸ਼ ਭੋਲਾ ਦੇ ਪਿਤਾ ਬਲਛਿੰਦਰ ਸਿੰਘ ਦਾ 24 ਜੁਲਾਈ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਜਦੋਂ ਭੋਲਾ 26 ਜੁਲਾਈ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਪਹੁੰਚੇ ਸੀ, ਸੰਸਕਾਰ ਕਰਨ ਵਾਸਤੇ ਜੇਲ੍ਹ ਤੋਂ, ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਪਿੱਛੇ ਸਰਕਾਰਾਂ। ਉਹਨਾਂ ਕਿਹਾ ਕਿ ਇਸ ਮਾਮਲੇ ਦੀ CBI ਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਵਿੱਚ ਅਗਰ ਦੋਸ਼ੀ ਪਾਏ ਜਾਂਦੇ ਤਾਂ ਉਹਨਾਂ ਨੂੰ ਚਾਹੇ ਫਾਂਸੀ ਦੀ ਸਜ਼ਾ ਸੁਣਾਈ ਜਾਵੇ, ਲੇਕਿਨ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਲੇਕਿਨ ਫਿਲਹਾਲ ਜਿਹੜਾ ਫੈਸਲਾ ਸੁਣਾਇਆ ਗਿਆ ED ਦੀ ਵਿਸ਼ੇਸ਼ ਅਦਾਲਤ ਵੱਲੋਂ, ਉਹਦੇ 'ਚ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਇੰਟਰਨੈਸ਼ਨਲ ਡਰੱਗ ਤਸਕਰੀ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦਾ ਕੇਸ ਸੀ, ਉਸ 'ਤੇ ਕਾਰਵਾਈ ਕਰਦਿਆਂ ED ਦੀ ਅਦਾਲਤ ਨੇ ਸਜ਼ਾ ਸੁਣਾਈ ਆ। ਕੁੱਲ ਅੱਜ 17 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇੱਕ ਵਾਰ ਫਿਰ ਨਾਮ ਪੜ੍ਹ ਦਿੰਦੇ ਹਾਂ, ਇਹਨਾਂ ਦੇ ਵਿੱਚ ਜਗਦੀਸ਼ ਭੋਲਾ, ਉਹਦੀ ਪਤਨੀ, ਸਹੁਰਾ ਵੀ ਸ਼ਾਮਲ ਹੈ, ਜਦਕਿ ਪਿਤਾ ਵੀ ਸ਼ਾਮਲ ਹੈ। ਉਹਨਾਂ ਦੀ ਬੇਵਕਤੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਜਗਦੀਸ਼ ਭੋਲਾ, ਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਸੁਖਜੀਤ ਸਿੰਘ ਸੁੱਖਾ, ਮਨਿੰਦਰ ਸਿੰਘ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਦੀ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਮਰਜੀਤ ਅਤੇ ਭੋਲਾ ਦੇ ਸਹੁਰਾ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਦੂਜੇ ਪਾਸੇ ਗੁਰਪ੍ਰੀਤ ਸਿੰਘ, ਸ਼ੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਕੁੱਲ 13 ਆਰੋਪੀ ਸੀ, ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ, 2 ਭਗੌੜੇ ਕਰਾਰ ਦਿੱਤੇ ਗਏ ਨੇ। ਹਾਲ ਹੀ ਜਗਦੀਸ਼ ਭੋਲਾ ਦੇ ਪਿਤਾ ਦੀ ਬਲਛਿੰਦਰ ਹੁਣਾਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਡਰੱਗ ਮਨੀ ਦੇ ਨਾਲ ਦੱਸਿਆ ਜਾ ਰਿਹਾ ਕਿ 400 ਕਰੋੜ ਰੁਪਏ ਦੀ ਪ੍ਰੋਪਰਟੀ ਬਣਾਈ ਗਈ ਹੈ। 11 ਸਾਲ ਪੁਰਾਣਾ ਮਸਲਾ ਅਤੇ ਪੂਰਾ ਇਹ 6,000 ਕਰੋੜ ਰੁਪਏ ਦਾ ਇੰਟਰਨੈਸ਼ਨਲ ਡਰੱਗ ਤਸਕਰੀ ਦੇ ਨਾਲ ਜੁੜਿਆ ਮਾਮਲਾ ਸੀ, ਜਿਹਦੇ 'ਚ ਅੱਜ ED ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।